ਇਸ ਸਾਲ ਬੀਤੀ 20 ਜੁਲਾਈ 2024 ਨੂੰ ਅਨਟਾਰੀਓ ਪੈਰੀ ਸਾਉਂਡ ਦੀ ਸੈਗਵਨ ਟਾਊਨਸ਼ਿਪ ਦੇ ਟੈਲੀਹੋਸਵਰਡ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ ਜਿਸ ਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਤੇ ਇਸ ਹਾਦਸੇ ਚ ਕਾਰ ਚ ਸਵਾਰ ਤਿੰਨ ਲੜਕੀਆਂ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਇਹ ਹਾਦਸਾ ਰਾਤ ਦੇ ਕਰੀਬ 11 ਵਜੇ ਹੁੰਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਐਮਰਜੈਂਸੀ ਮੈਡੀਕਲ ਸਰਵਿਸ ਦੇ ਵੱਲੋਂ ਗੰਭੀਰ ਫੱਟੜ ਨੂੰ 에ਅਰ ਲਿਫਟ ਕਰਕੇ ਟੋਰੰਟੋ ਏਰੀਆ ਟ੍ਰੋਮਾ ਸੈਂਟਰ ਲੈ ਕੇ ਜਾਇਆ ਗਿਆ ਸੀ ਇਹ ਸੱਤ ਸੇ ਤੋਂ ਬਾਅਦ ਜਾਂਚ ਚ ਕਾਰ ਚਲਾਉਣ ਵਾਲਾ 24 ਸਾਲਾ ਜੋਗਪ੍ਰੀਤ ਸਿੰਘ ਦੋਸ਼ੀ ਪਾਇਆ ਗਿਆ ਜਿਸ ਤੋਂ ਬਾਅਦ ਉਸ ਉੱਪਰ ਨਸ਼ਾ ਕਰਕੇ ਗੱਡੀ ਚਲਾਉਣ ਤੇ ਤਿੰਨ ਜਣਿਆਂ ਦੀ ਮੌਦਾ ਕਾਰਨ ਬਣਨ ਦਾ ਦੋਸ਼ ਲਾਇਆ ਗਿਆ ਜੋਗਪ੍ਰੀਤ ਸਿੰਘ ਬੇਲ ਤੇ ਬਾਹਰ ਸੀ ਤੇ 29 ਜੁਲਾਈ ਨੂੰ ਜੋਗਪ੍ਰੀਤ ਨੂੰ ਪੈਰੀ ਸਾਊਂਡ ਦੀ 온ਟਾਰੀਓ ਕੋਰਟ ਆਫ ਜਸਟਿਸ ਪਹੁੰਚਣ ਲਈ ਕਿਹਾ ਗਿਆ ਪਰ ਜੋਗਪ੍ਰੀਤ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਹੁਣ ਉਹ ਫਰਾਰ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਦੀ ਵਾਂਟਡ ਲਿਸਟ ਵਿੱਚ ਉਸ ਦਾ ਨਾਮ ਸ਼ਾਮਿਲ ਹੋ ਗਿਆ ਹੈ ਪੁਲਿਸ ਨੂੰ ਸ਼ੱਕ ਹੈ ਕਿ ਤਿੰਨ ਸਟੂਡੈਂਟ ਕੁੜੀਆਂ ਦੀ ਜਾਨ ਜਾਣ ਦਾ ਕਾਰਨ ਬਣਨ ਵਾਲਾ 24 ਸਾਲਾਂ ਜੋਗ ਪ੍ਰੀਤ ਸਿੰਘ ਜਿਸ ਨੇ ਨਸ਼ੇ ਦੀ ਹਾਲਤ 'ਚ ਗੱਡੀ ਭਜਾਈ ਉਹ ਬ੍ਰੈਮਟਨ ਦੇ ਵਿੱਚ ਹੋ ਸਕਦਾ ਹੈ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ 'ਚ ਦੱਸਿਆ ਗਿਆ ਕਿ ਉਹ ਕਿੰਗਸਟਨ ਦਾ ਰਹਿਣ ਵਾਲਾ ਹੈ ਤੇ ਅਕਸਰ ਉਹ ਬ੍ਰੈਮਟਨ 'ਚੋਂ ਘੁੰਮਦਾ ਹੋਇਆ ਨਜ਼ਰ ਆ ਜਾਂਦਾ ਹੈ ਪੁਲਿਸ ਨੇ ਪ੍ਰੈਸ ਰਿਲੀਜ਼ ਕਰਕੇ ਆਮ ਲੋਕਾਂ ਤੋਂ ਜੋਗਪ੍ਰੀਤ ਸਿੰਘ ਨੂੰ ਫੜਨ ਚ ਮਦਦ ਕਰਨ ਦੀ ਮੰਗ ਕੀਤੀ ਹੈ। ਇਸ ਹਾਦਸੇ ਚ ਮਾਰੀਆਂ ਗਈਆਂ ਲੜਕੀਆਂ ਚੋਂ ਇੱਕ ਲੜਕੀ ਦੀ ਪਛਾਣ ਲੁਧਿਆਣਾ ਦੇ ਪਿੰਡ ਮੱਲਾਂ ਦੀ ਰਹਿਣ ਵਾਲੀ ਖੁਸ਼ਪ੍ਰੀਤ ਕੌਰ ਦੇ ਤੌਰ ਤੇ ਹੋਈ ਹੈ ਜੋ ਕਿ 16 ਅਗਸਤ 2023 ਨੂੰ ਬ੍ਰੈਂਟਨ ਸਟੂਡੈਂਟ ਵੀਜ਼ਾ ਤੇ ਗਈ ਸੀ। ਉਸਦੇ ਪਰਿਵਾਰ ਨੇ ਦੱਸਿਆ ਕਿ ਖੁਸ਼ਪ੍ਰੀਤ ਇੱਕ ਕਾਰ ਚ ਪੰਜ ਜਣਿਆਂ ਦੇ ਨਾਲ ਕੰਮ ਤੇ ਜਾ ਰਹੀ ਸੀ ਤੇ ਰਸਤੇ ਚ ਤੇਜ਼ ਰਫ਼ਤਾਰ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਗੱਡੀ ਚਲਾਉਣ ਵਾਲਾ ਗੱਡੀ ਤੋਂ ਛਾਲ ਮਾਰ ਦਿੰਦਾ ਹੈ ਤੇ ਗੱਡੀ ਇੱਕ ਰੁੱਖ ਨਾਲ ਟਕਰਾਉਣ ਤੋਂ ਬਾਅਦ ਡੂੰਘੇ ਟੋਏ 'ਚ ਜਾ ਡਿੱਗਦੀ ਹੈ ਜਿਸ 'ਚ ਤਿੰਨ ਜਣਿਆਂ ਦੀ ਮੌਤ ਹੁੰਦੀ ਹੈ ਉੱਥੇ ਹੀ ਦੂਜੀ ਲੜਕੀ ਦੀ ਪਛਾਣ ਲਖਵਿੰਦਰ ਕੌਰ ਦੇ ਤੌਰ ਤੇ ਹੋਈ ਹੈ ਤੇ ਉਹ ਵੀ ਸਟੂਡੈਂਟ ਵੀਜ਼ਾ ਤੇ ਸਾਲ 2024 ਦੀ ਸ਼ੁਰੂਆਤ 'ਚ ਕੈਨੇਡਾ ਆਈ ਸੀ ਜੋ ਕਿ ਬਟਾਲਾ ਦੇ ਪਿੰਡ ਸੁੱਖਾ ਜੜਾ ਦੀ ਰਹਿਣ ਵਾਲੀ ਸੀ ਤੇ ਇਸ ਦਿਨ ਵਾਲੀ ਤੀਜੀ ਲੜਕੀ ਬਾਰੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੇ ਹੁਣ ਇਸ ਖਬਰ ਨਾਲ ਲੈਣੇ ਇਜਾਜ਼ਤ ਤੇ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਉਦੋਂ ਤੱਕ ਜੁੜੇ ਰਹੋ ਚੈਨਲ ਪੀਐਮ ਨਿਊਜ਼ ਦੇ ਨਾਲ